ਸਤਿ ਸ਼੍ਰੀ ਅਕਾਲ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਮੈਂ ਵਧੀਆ ਵਧੀਆ, ਤੁਸੀਂ ਦੱਸੋ ਕਿਦਾਂ? ਵਧੀਆ ਵਧੀਆ, ਬਹੁਤ ਵਧੀਆ। ਕੁਰਸੀ ਦੇਖੀ ਮਹਾਰਾਜਾਂ ਵਾਲੀ ਮੇਰੀ? ਕੀ ਹੋ ਗਿਆ? ਹਾਂਜੀ, ਕੁਰਸੀ ਦੇਖੀ ਮਹਾਰਾਜਾਂ ਵਾਲੀ? ਮੈਂ ਮੈਨੂੰ ਲੋਕੇਸ਼ਨ ਵੀ ਪਤਾ। ਸੋ ਤੁਸੀਂ ਦੱਸੋ ਕਿਵੇਂ ਲੱਗ ਰਿਹਾ? ਟ੍ਰੇਲਰ ਆ ਗਿਆ ਫਿਲਮ ਦਾ ਐਂਡ ਸਾਰਿਆਂ ਨੂੰ ਵਧੀਆ ਲੱਗ ਰਿਹਾ? ਬਹੁਤ ਵਧੀਆ ਬਹੁਤ ਵਧੀਆ, ਸਾਰਿਆਂ ਦੇ ਬਹੁਤ ਜ਼ਿਆਦਾ ਪੋਜ਼ਿਟਿਵ ਕਮੈਂਟਸ ਆ ਰਹੇ ਆ। ਸੋ ਬਾਣੀ ਦੀ ਡੈਬਿਊ ਫਿਲਮ, ਬਿਲਕੁਲ, ਉਹ ਵੀ ਐਂਡ ਉਹ ਤਾਂ ਚਲੋ ਇਹ ਏਡੀ ਵੱਡੀ ਗੱਲ ਨਹੀਂ ਗਈ, ਪਰ ਡੈਬਿਊ ਫਿਲਮ ਦੇ ਵਿੱਚ ਸਾਰਿਆਂ ਦਾ ਵਧੀਆ ਕਹਿਣਾ ਉਹ ਵਧੀਆ ਗੱਲ ਹੁੰਦੀ ਆ। ਅਸਲ 'ਚ ਬਹੁਤ ਵੱਡੀ ਗੱਲ ਇਹ ਆ ਕਿ ਸਾਰੀ ਟੀਮ ਆਲਮੋਸਟ ਸਾਡੀ ਸਾਰੀ ਟੀਮ ਨਵੀਂ ਸੀ, ਪ੍ਰੋਡਿਊਸਰਸ ਵੀ ਤੇ ਰਾਈਟਰ ਵੀ, ਤੇ ਮੇਰੇ ਲਈ ਵੀ ਡੈਬਿਊ ਨਾ, ਤੇ ਉਹ ਬਹੁਤ ਵੱਡਾ ਟਾਸਕ ਸੀਗਾ ਸਾਡਾ, ਬਹੁਤ ਵੱਡਾ। ਐਂਡ ਸਾਰੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਆ। ਐਂਡ ਇਹ ਟ੍ਰੇਲਰ ਦਾ ਜਿਹੜਾ ਜਾਂ ਇਸ ਫਿਲਮ ਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਡਾਇਰੈਕਟਰ ਮਨੀਸ਼ ਭੱਟ ਸਰ ਹਨਾ, ਉਹਨਾਂ ਨੇ ਬਹੁਤ ਮਿਹਨਤ ਕੀਤੀ। ਐਂਡ ਸੈਕਿੰਡ ਜਿਹੜੇ ਆਪਣੇ ਰਾਈਟਰ ਨੇ ਜੱਸੀ ਵੀਰਾ ਹਨਾ, ਉਹਨਾਂ ਨੇ ਬਹੁਤ ਵਧੀਆ ਫਿਲਮ ਨੂੰ ਲਿਖਿਆ ਤੇ ਉਹ ਸਾਰੀ ਚੀਜ਼ ਦਾ ਜਿਹੜਾ ਰਿਜ਼ਲਟ ਆ ਉਹ ਫਿਰ ਤਾਂ ਹੀ ਇੰਨਾ ਵਧੀਆ ਆਇਆ। ਉਸ ਤੋਂ ਬਾਅਦ ਇਸ ਟ੍ਰੇਲਰ ਨੂੰ ਕੱਟਿਆ ਜਿਹਨੇ ਵਿੱਕੀ ਜੀ ਨੇ, ਉਹ ਜਿਹੜਾ ਟ੍ਰੇਲਰ ਜਿੰਨਾ ਵੀ ਘੈਂਟ, ਉਸ ਚ ਜਿੰਨੀ ਕਟਿੰਗ ਆ ਉਹ ਸਾਰੀ ਵਿੱਕੀ ਨੇ ਕੀਤੀ ਆ, ਵਿੱਕੀ ਬਾਈ ਨੇ। ਉਹ ਸਿਰਾ ਲਾਇਆ ਉਹਨਾਂ ਨੇ, ਉਹ ਵਨ ਆਫ ਦਾ ਬੈਸਟ ਹੈ ਟ੍ਰੇਲਰ ਕੱਟਣ ਚ, ਵਨ ਆਫ ਦਾ ਬੈਸਟ ਮੈਨ, ਮਤਲਬ ਮੇਰਾ ਫੇਵਰੇਟ ਹੈ ਬੰਦਾ ਉਹ। ਤੇ ਹੁਣ ਬਾਣੀ ਦੱਸੂਗੀ, ਬਾਣੀ ਨੂੰ ਸਭ ਤੋਂ ਵਧੀਆ ਟ੍ਰੇਲਰ ਚ ਕੀ ਲੱਗਿਆ? ਮੈਨੂੰ ਤੁਹਾਡੀ ਆਵਾਜ਼ ਕਿਉਂ ਘੱਟ ਆ ਰਹੀ ਹੈ? ਪਤਾ ਨਹੀਂ, ਮੈਂ ਘੱਟ ਆ ਰਹੀ ਆ, ਮੈਂ ਬਾਹਰ ਬੈਠੀ ਆ ਮੰਡੀ, ਇਸ ਕਰਕੇ ਉਹ ਸਾਰਾ ਬਾਕੀਆਂ ਨੂੰ ਸਹੀ ਆ ਰਹੀ ਆਵਾਜ਼। ਅਸਲ ਚ ਜਿੰਨਾ ਕੁ ਲੱਗਦਾ ਸੀ ਵੀ ਜਿੱਦਾਂ ਦਾ ਕੰਮ ਹੋਊਗਾ, ਉਹਦੇ ਤੋਂ ਅਸੀਂ ਕਿਤੇ ਜ਼ਿਆਦਾ ਆਪਣੇ ਵੱਲੋਂ ਬੈਸਟ ਦਿੱਤਾ ਆ ਹਨਾ, ਤੇ ਜਿਹੜੀ ਟ੍ਰੇਲਰ ਦੀ ਆਊਟਪੁੱਟ ਵੀ ਆਈ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਆਈ ਆ। ਤੇ ਕਿਤੇ ਨਾ ਕਿਤੇ ਇਹ ਵੀ ਡਰ ਸੀਗਾ ਕਿ ਸਾਰੇ ਨਵੇਂ ਸੀ, ਪਤਾ ਨਹੀਂ ਕਿੱਦਾਂ ਦਾ ਹੋਊਗਾ ਕੰਮ, ਕਿਵੇਂ ਦਾ ਨਹੀਂ ਹੋਊਗਾ, ਤੇ ਸਾਰਿਆਂ ਦਾ ਰਿਸਪੌਂਸ ਕਿਹੋ ਜਿਹਾ ਮਿਲੂਗਾ। ਪਰ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਰਿਸਪੌਂਸ ਮਿਲਿਆ, ਚਾਹੇ ਉਹ ਇੰਡਸਟਰੀ ਆ, ਇੰਡਸਟਰੀ ਚ ਵੀ ਸਾਰੇ ਬਹੁਤ ਸਪੋਰਟ ਕਰ ਰਹੇ ਆ, ਤੇ ਜਿੰਨੇ ਵੀ ਸਾਰੇ ਦੇਖ ਰਹੇ ਆ ਉਹ ਵੀ ਸਾਰੇ ਬਹੁਤ ਸਪੋਰਟ ਕਰ ਰਹੇ ਆ। ਸੋ ਤੁਹਾਡਾ ਸਾਰਿਆਂ ਦਾ ਯਾਰ ਧੰਨਵਾਦ, ਕਿਉਂਕਿ ਤੁਸੀਂ ਇਦਾਂ ਦੀ ਇੱਕ ਨਵੀਂ ਜੀ ਚੀਜ਼ ਆ, ਬੜੀ ਨਵੀਂ ਜੀ ਇਦਾਂ ਦੀ ਚੀਜ਼ ਸ਼ਾਇਦ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ, ਨਾ ਹੀ ਇਦਾਂ ਕਿਸੇ ਨੇ ਸ਼ੂਟ ਕੀਤਾ ਆ ਪਹਿਲਾਂ ਹਨਾ ਇਸ ਤਰੀਕੇ ਦੇ ਨਾਲ। ਸੋ ਉਹ ਸਾਰਾ ਪ੍ਰੋਗਰਾਮ ਤਾਂ ਹੀ ਹੋਇਆ ਕਿਉਂਕਿ ਤੁਸੀਂ ਸਾਰਿਆਂ ਨੇ ਐਕਸੈਪਟ ਕੀਤਾ। ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜਿਨ੍ਹਾਂ ਨੇ ਨਹੀਂ ਦੇਖਿਆ, ਦੇਸੀ ਜੰਕਸ਼ਨ ਦੇ YouTube ਚੈਨਲ ਤੇ ਜਾ ਕੇ ਤੁਸੀਂ ਟ੍ਰੇਲਰ ਦੇਖਿਓ, ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ। ਬਾਣੀ ਤੁਹਾਨੂੰ ਪਤਾ ਜਦੋਂ ਟ੍ਰੇਲਰ ਆਉਣਾ ਸੀ ਤੇ ਮੈਂ ਉਸ ਤੋਂ 2-3 ਦਿਨ ਪਹਿਲਾਂ ਮੈਂ ਲਿਖ ਕੇ ਪਾਇਆ ਸੀ, ਮੈਂ ਕਿਹਾ ਇਹ ਮੈਨੂੰ ਲੱਗਦਾ ਆ ਕਿ ਸਾਡੀ ਸਾਰੀ ਟੀਮ ਨੇ ਜਿੰਨੀ ਮਿਹਨਤ ਕੀਤੀ ਆ ਕਿ ਇਹ ਬੈਸਟ ਟ੍ਰੇਲਰ ਹੋਊਗਾ, ਮਤਲਬ ਵਧੀਆ ਲੱਗੂਗਾ ਲੋਕਾਂ ਨੂੰ। ਮੈਨੂੰ ਉਹ ਵੀ ਯਾਦ ਆ, ਮਤਲਬ ਚਲੋ ਬਾਅਦ ਚ ਰਿਵੀਲ ਕਰਾਂਗੇ, ਜਿਹੜੇ ਮੈਸੇਜਸ ਆਪਾਂ ਇੱਕ ਦੂਜੇ ਨਾਲ ਸ਼ੇਅਰ ਕੀਤੇ ਸੀਗੇ ਹਨਾ, ਕਿ ਅਸੀਂ ਸ਼ੋਰ ਆ ਬਾਕੀ ਸਾਰਿਆਂ ਨੇ ਦੱਸਣਾ ਵੀ ਕਿੱਦਾਂ ਦਾ ਆਇਆ ਕੰਮ, ਕਿੱਦਾਂ ਦਾ ਨਹੀਂ, ਕਿ ਏਦਾਂ ਹੋਊਗਾ, ਓਦਾਂ ਹੋ ਹੀ ਰਿਹਾ। ਹਾਂ ਯੈਸ, ਈਵਨ ਉਸ ਤੋਂ ਵੀ ਜ਼ਿਆਦਾ ਵਧੀਆ ਹੋ ਰਿਹਾ, ਉਸ ਤੋਂ ਵਧੀਆ ਹੋ ਰਿਹਾ। ਹਾਂ, ਕਵੀ ਨੇ ਹੈਲੋ ਕੀਤਾ ਸੀ, ਹਾਏ ਕਵੀ ਨੇ, ਕਵੀ ਵੀਰਾ ਪਿਛਲੀ ਫਿਲਮ ਚ ਵੀ ਸੀਗਾ, ਇਸ ਫਿਲਮ ਚ ਵੀ ਬੜਾ ਵਧੀਆ ਰੋਲ ਕੀਤਾ ਉਹਨਾਂ ਨੇ। ਤੁਸੀਂ 2 ਕਮੈਂਟ ਪੜੋ, ਤੁਹਾਨੂੰ ਲੋਕ ਤੁਹਾਨੂੰ ਪੁੱਛ ਰਹੇ ਆ ਕੁਝ। ਹੈਲੋ ਬਾਨੀ, ਸਤਿ ਸ਼੍ਰੀ ਅਕਾਲ ਜੀ, ਐਡ ਕਰ ਲੋ, ਐਡ 2 ਹੀ ਬੰਦੇ ਹੁੰਦੇ ਨਾ ਸ਼ਾਇਦ, ਮੇਰੇ ਤਾਂ 2 ਹੀ ਹੁੰਦੇ ਆ। ਮੈਡਲ ਫਿਲਮ ਚ ਇਸ ਤੋਂ ਵੀ ਜਿਹੜੀ ਵਧੀਆ ਗੱਲ ਆ ਕਿ ਇਸ ਫਿਲਮ ਦੇ ਵਿੱਚ ਜਿੰਨੇ ਵੀ ਗਾਣੇ ਸਾਰੇ ਬੜੇ ਵਧੀਆ, ਤੇ ਬਾਣੀ ਦੇ ਫਿਲਮ ਦੇ ਵਿੱਚ 3 ਗਾਣੇ ਨੇ ਹਨਾ, बाकी भी बहुत सारे सिंगर्स दे गाने ने हौली हौली रिवील करांगे किदे किदे गाने आ एंड सारे गाने बड़े घैंट बनाए। एवी ने म्यूजिक किया ते कुछ गाने जस्सी वीरे ने लिखे हुए ओदे विच तो सारे गाने मेरे फेवरेट गाने आ बहुत घैंट मेरे वालों सारा कुछ जे ऑलरेडी बोल ही रहे जे मैं कट बोलूंगी ता इट्स ओके मैं थानू एक्सप्लेन करूंगी मैं कमेंट्स पढ़ दी हां तुसी एक्सप्लेन करो। हां हां ते हुन जेड़ा गाना रिलीज होना एक अधे दिन दे विच असि पहला गाना रिलीज कर देना सो वो गाना जेड़े आर्टिस्ट दा वा वो भी बहुत वधिया ऑलरेडी तुसी उन्हां नू बहुत प्यार दिंदे ते गाना भी सिरे आओ थल्ले कहंदे कि 8 परचे गाना सुनाओ 8 परचे गाने दी डिमांड आ रही है। हां जी उसके पहला थोड़े लिए भी एक कमेंट आया एक बारी नाम ढूंढो बिग फैन ओके दैट्स गुड थैंक यू उस्ताद हाउ आर यू उस्ताद हाउ आर यू बढ़िया 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 वीरे दे दो मुबारका भरा बहुत बहुत कीरत सिंह। अच्छा ते मूवी बारे कुछ दसना चाहूंगे मूवी बारे ट्रेलर बारे दसना चाहूंगा मूवी बारे ता हल्ले कुछ नहीं रिवील करना चाहना मैं चाहना सरप्राइज ही रहे। हां सच एक एक सब तो इंपॉर्टेंट गल कई इदा सोचदे आ शायद या किसी दे दिमाग 'ਚ ख्याल आवे कि शायद ट्रेलर 'ਚ जिन्ना कुछ देखया आ कि यही फिल्म चा ते मैं ਤੁਹਾਨੂੰ ਗਾਰੰਟੀ ਦਿੰਦਾ ਜੇ ਤੁਸੀਂ ਫਿਲਮ ਦੇਖਣ ਜਾਓਗੇ ਤੇ ਤੁਸੀਂ ਫਿਲਮ ਦੇਖ ਕੇ ਪਹਿਲੇ 5 ਮਿੰਟ 'ਚ ਇਹ ਗੈਸ ਕਰ ਲਓਗੇ ਯਾਰ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ। ਸੋ ਪਹਿਲੇ 5 ਮਿੰਟ 'ਚ ਹੀ ਪਤਾ ਲੱਗ ਜੂਗੀ ਤੁਹਾਨੂੰ ਆਣਾ ਟ੍ਰੇਲਰ 'ਚ ਬਹੁਤ ਕੁਝ ਤੁਹਾਨੂੰ ਮਿਲੂ ਉਹ ਇੱਕ ਟ੍ਰੇਲਰ ਆ ਛੋਟਾ ਜਿਹਾ ਸਮਝੋ ਉਹ ਛੋਟਾ ਜਿਹਾ ਟ੍ਰੇਲਰ ਉਹਦੇ ਨਾਲ ਬਹੁਤ ਕੁਝ ਡਿਫਰੈਂਟ ਦੇਖਣ ਨੂੰ ਮਿਲੂਗਾ ਤੁਹਾਨੂੰ ਮੂਵੀ ਦੇ ਵਿੱਚ ਮਿਲੂਗਾ। ਹਾਂ ਹਾਂ ਕੋਚ ਵੈਲਕਮ ਆਣਾ यार तेरी हर मूवी अत हुंदी है लवी मित्रा थैंक यू भरा आ फिल्म तुसी सारे जने 2 जून नु जरूर देख के आयो लखे वीरे हेलो सो इस फिल्म नु 2 जून नु तुसी सारे देख के आयो बड़ी वधिया गल आ कि इस वारी पंजाबी इंडस्ट्री दे विचों भी कोई इदां दी फिल्म नहीं कर रहे कि फिल्म दे उत्ते फिल्म नहीं चढ़ के आ रही जून दे विच ते इन्नी फिल्म आ रही तुहानू सारिआं नू पता ही है ना कि फिर 16 नु अगे फिर अगली फिल्म 16 नु आ सो 9 जून नु कोई फिल्म नहीं हैगी ਤੇ ਜਿਨ੍ਹਾਂ ਦੀ 16 ਨੂੰ ਹੋਣੀ ਉਹਨਾਂ ਕੋਲ ਵੀ ਅਗਲੇ ਹਫਤੇ ਉਹਨਾਂ ਦੀ ਵੀ ਕੋਈ ਹੋਰ ਫਿਲਮ ਨਹੀਂ ਹੋਣੀ ਉਹਨਾਂ ਕੋਲ ਵੀ ਆਵਾਜ਼ ਨਾ ਹੌਲੀ ਆ ਰਹੀ ਆ ਕਮੈਂਟਸ ਵਿੱਚ ਵੀ ਆ ਰਹੇ ਆ ਕਮੈਂਟ ਮੂਵੀ ਤੁਹਾਡੀ ਵਧੀਆ ਬਸ ਆਵਾਜ਼ ਮਸਾ ਹੌਲੀ ਜੀ ਆ ਉਹ ਵੈਸੇ ਵੀ ਤੁਸੀਂ ਬਹੁਤ ਹੌਲੀ ਬੋਲਦੇ ਆ ਨਹੀਂ ਮੈਂ ਇਹਦੇ ਚ ਕੀ ਬੋਲਣ ਡਿਆ ਆਵਾਜ਼ ਆਉਂਦੀ ਦੇਖਿਓ ਅਬ ਕੀ ਬੋਲਣ ਡਿਆ ਠੀਕ ਆ ਦੇਖਿਓ ਬਿਲਕੁਲ ਦੇਖਾਂਗੇ ਮੈਂ तो सॉन्ग भी नहीं छोड़ते आपके मूवी तो जरूर देखेंगे पक्का देखना मूवी हम डैम श्योर कि आपको मूवी बहुत ज्यादा पसंद आएगी। मेरी आवाज सही आंदी है एक मिनट मैं चेक कर ला एक मिनट तो आ गया ऑफिशियल एक मिनट मैं चेक कर लो थैंक यू मैंने मेरी आवाज चेक कर लेना आवाज सही आंदी हेलो 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 आ रही है हां थोड़ी लेट आंदी है ना पर आंदी है चलो नहीं लेट नहीं आ रही हौली आ रही है सही है। जस्सी लोका जॉइंड जस्सी लोका वेव्ड मतलब उन्होंने हेलो कीता है हेलो सोन किवें है जस्सी भाई दी मूवी लिखी हुई है यस तो मैं जेडी गल कहंदा पिया ही ओ पूरी कर दिंदा कि 16 नु आउणी आ मोड़ ते अगे 29 नु तीजी फिल्म आउणी आ पंजाबी सो सारीਆਂ ਫਿਲਮਾਂ ਕੋਲ ਪ੍ਰੋਪਰ ਟਾਈਮ ਆ ਇਦਾਂ ਕਿਸੇ ਨੇ ਇਸ ਵਾਰੀ ਕਿਸੇ ਨੇ ਇਦਾਂ ਨਹੀਂ ਕੀਤਾ ਕਿ ਇੱਕ ਫਿਲਮ ਤੋਂ ਅਗਲੇ ਹਫਤੇ ਕੋਈ ਹੋਰ ਫਿਲਮ ਲਾ ਦਿੱਤੀ ਜਾਵੇ ਕਿਉਂਕਿ ਉਹਦੇ ਵਿੱਚ ਨੁਕਸਾਨ ਹੀ ਪੰਜਾਬੀ ਫਿਲਮ ਇੰਡਸਟਰੀ ਦਾ ਸੋ ਮੈਂ ਚਾਹੁੰਦਾ ਸਾਰਿਆਂ ਦੀਆਂ ਫਿਲਮਾਂ ਚੱਲਣ ਤੇ ਇਦਾਂ ਨਾ ਹੋਇਆ ਕਰੇ ਯਾਰ ਇੱਕ ਫਿਲਮ ਇੱਕ ਹਫਤੇ ਇੱਕ ਫਿਲਮ ਆਉਣੀ ਆ ਉਸ ਤੋਂ ਬਾਅਦ ਅਗਲੇ ਹਫਤੇ ਇੱਕ ਨਵੀਂ ਪੰਜਾਬੀ ਫਿਲਮ ਆ ਜਾਂਦੀ ਆ ਸੋ ਆਡੀਅנס ਉਹਦੇ ਵਿੱਚ ਕਨਫਿਊਜ਼ ਹੋ ਜਾਂਦੀ ਆ बट इस बारी इदा नहीं है। आई होप कि जून च जिन्नियां फिल्मां आउणियां सारियां सुपर डुपर हिट होण ते तुसीं सारे उस नूं सपोर्ट करो ते हर मूवी आपदी जगह ते है मैनूं इन्ना पता कि जेड़ा कॉन्सेप्ट असीं चूज कीता ओहदे ते हुण तक तुसीं नेगेटिव चीज़ां ही ज़्यादा देखियां होणीआं बट तुहानूं पहली वारी ओहदे ते पॉजिटिव ते रियलिटी देखण नूं मिलूगी इसमें देख मिलूगी। हां मोस्टली सारी फिल्म साडी रियलिटी बेस्ड ते है मैडम जेड़ी आ ਉਹ ਸਾਰੀ ਰਿਐਲਿਟੀ ਤੇ ਬੇਸਡ ਆ ਤੇ ਤੁਸੀਂ ਲਿੰਕ ਕਰੋਗੇ ਰਿਲੇਟ ਕਰੋਗੇ ਕਿਉਂਕਿ ਇਹ ਆਲੇ ਦੁਆਲੇ ਤੁਸੀਂ ਦੇਖਦੇ ਹੋਵੋਗੇ ਜਾਂ ਕਿਸੇ ਨੇ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਸੋ ਤੁਸੀਂ ਨਿਰਾਸ਼ नहीं होंगे इस गल दी गारंटी मतलब साडी सारी टीम ਵੱਲੋਂ ਤੁਹਾਨੂੰ ਹਨਾ ਬਾਕੀ ਬਾਣੀ ਦੱਸੂਗੀ ਬਾਣੀ ਨੂੰ ਕਿਵੇਂ ਲੱਗਿਆ ਕੰਮ ਕਰਕੇ ਫਿਲਮ ਦੇ ਵਿੱਚ ਮਨੀਸ਼ ਭੱਟ ਸਰ ਦੇ ਨਾਲ ਬਹੁਤ ਜ਼ਿਆਦਾ ਨਾਮ ਨਹੀਂ ਲੈ ਰਿਹਾ ਬਹੁਤ ਜ਼ਿਆਦਾ ਵਧੀਆ ਲੱਗਾ ਅਸਲ 'ਚ ਆਪਦੀ ਟੀਮ ਸੀ ਤੇ ਮਨੀਸ਼ ਸਰ ਨਾਲ ਮੈਨੂੰ ਕੰਮ ਕਰਕੇ ਬਹੁਤ ਵਧੀਆ ਲੱਗਾ इनको तो मैं पहले से ही जानती थी तो हाँ जी और जस्सी भाई होनी सारे प्रोड्यूसर्स ਅਸੀਂ ਆਲਰੇਡੀ ਗਾਣੇ ਕੀਤੇ ਇੱਕ ਦੂਜੇ ਨਾਲ ਸੋ ਘਰ ਵਰਗਾ ਮਾਹੌਲ ਸੀ ਐਦਾਂ ਲੱਗਾ ਵੀ ਮਿਹਨਤ ਤਾਂ ਸਾਰਿਆਂ ਨੇ ਕੀਤੀ ਆ ਪਰ ਜਦੋਂ ਤੁਹਾਨੂੰ ਕੰਫਰਟ ਜ਼ੋਨ ਮਿਲ ਜਾਂਦਾ ਤਾਂ ਤੁਹਾਨੂੰ ਕੰਮ ਕਰਨਾ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਈਜ਼ੀ ਮੈਨੂੰ ਕੁਝ ਲੱਗਾ ਨਹੀਂ ਆ ਕਿ ਬੜੀ ਪੋਜ਼ਿਟਿਵਿਟੀ ਸੀ ਸੈਟ ਤੇ ਨਾ ਬਹੁਤ ਜ਼ਿਆਦਾ ਸਾਰੇ ਬਹੁਤ ਪੋਜ਼ਿਟਿਵ ਸੀ ਤੇ ਬੜੇ ਵਧੀਆ ਤਰੀਕੇ ਨਾਲ ਮੂਵੀ ਸ਼ੂਟ ਹੋ ਗਿਆ ਤੁਹਾਨੂੰ ਉਹ ਸਾਡਾ ਕੰਮ ਟ੍ਰੇਲਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੋਊਗਾ ਤੇ ਮੂਵੀ ਦੇ ਵਿੱਚ ਤਾਂ बहुत कुछ ही देखने को मिल रहा है ना सो ठीक है फिर सारे तो अलविदा लेने ਆਪਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਤੋਂ ਐਂਡ ਮੈਂ ਰਿਕੁਐਸਟ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਮੈਡਲ ਦਾ ਟ੍ਰੇਲਰ ਨਹੀਂ ਦੇਖਿਆ ਪਲੀਜ਼ ਇੱਕ ਵਾਰੀ ਜਾ ਕੇ ਦੇਖਿਓ ਤੇ ਫਿਲਮ ਆਉਣੀ ਹੈ 2 ਜੂਨ ਨੂੰ ਤੁਸੀਂ ਫਿਲਮ ਦੇਖ ਕੇ ਆਇਓ ਤੁਸੀਂ ਨਿਰਾਸ਼ ਨਹੀਂ ਹੋਵੋਗੇ ਅਸੀਂ ਗਾਰੰਟੀ ਦਿੰਦੇ ਨਾ ਇਦਾਂ ਦੀ ਫਿਲਮ ਪਹਿਲਾਂ ਬਣੀ ਹੈ ਪੰਜਾਬੀ ਇੰਡਸਟਰੀ ਨਾ ਸਾਡੇ ਕੋਲੋਂ ਦੁਬਾਰਾ ਬਣਨੀ ਹੈ ਰਿਆਜ਼ ਹੈਲੋ ਰਿਆਜ਼ So, ठीक है guys, okay, bye. सत श्री अकाल। Okay जी, सत श्री अकाल सारा, सत श्री अकाल। Okay जी, bye, bye. Bye जी, bye.